सत श्रीकाल दोस्तों, मैं विकास मल्होत्रा और तूसी देख रहे हो द सिटी हेडलाइन। सो सिद्धू मूसेवाला हत्याकांड दे विच जेड़ा पोस्टमार्टम होया, सो उस पोस्टमार्टम दे दौरान कई बड़े खुलासे किए गए ने। सो तुहानू दस दईए, इस हत्याकांड दे लई पंजाब एंड हरियाणा हाई कोर्ट वालों पांच डॉक्टरां दे पैनल दा जेड़ा किया गया सीगा कि पांच डॉक्टरां दी अगवाई दे विच सिद्धू मूसेवाले दी बॉडी दा पोस्टमार्टम किया जाएगा। सो पांच डॉक्टर जिन्हां दे विच सारे जेड़े एक्सपर्ट सीगे उन्हां दे अगवाई दे विच जेड़ा पोस्टमार्टम किया गया मानसा के सिविल होस्पिटल दे विच पोस्टमार्टम किया गया सीगा। ते उहदे विच रजिंद्रा पटियाला दे रजिंद्रा होस्पिटल तो भी जेड़े डॉक्टर उत्थे मौजूद सीगे। सो पोस्टमार्टम दे दौरान कई वड्डे खुलासे किए गए ने, जिस तों पता लगता है कि सिद्धू मूसेवाले की हत्या बड़ी ही बेरहमी दे नाल कीती गई सीगी। सो यह दस्या जा रहा है कि सिद्धू मूसेवाला दे शरीर दे उत्ते 25 दे करीब गोलियां दे निशान पाए गए ने। पोस्टमार्टम दे दौरान यह भी पता लग्या कि चार गोलियां जिहड़ियां सिद्धू मूसेवाला दे शरीर दे अंदर ही सी, जो पोस्टमार्टम दे दौरान निकाल के पुलिस दे हवाले कीती गई ने। सो उस तों इलावा अगर गल करिए ते 20 ऐसे निशान सीगे गोलियां दे जिहड़े गोलियां सिद्धू मूसेवाला दे शरीर तों आर पार हो चुकियां सी। सो यह भी सामने आया पोस्टमार्टम दे दौरान कि जिहड़ियां सब तों वध गोलियां जिहड़ियां लगियां ने ਉਹ ਜਾਂ ਉਹਦੀ ਛਾਤੀ ਤੇ ਲੱਗੀਆਂ ਨੇ ਸਿੱਧੂ ਮੂਸੇਵਾਲਾ ਦੀ, ਜਾਂ ਪੇਟ ਦੇ ਵਿੱਚ ਲੱਗੀਆਂ ਨੇ, ਜਿਸ ਕਰਕੇ ਜਿਹੜਾ ਇਹ ਕਿਹਾ ਜਾ ਰਿਹਾ ਕਿ ਸਿੱਧੂ ਮੂਸੇਵਾਲਾ ਦੀ ਮੌਤ ਹੋਈ ਹੈ। ਸੋ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਹਥਿਆਰਾਂ ਵੱਲੋਂ, ਜਿੰਨੀਆਂ ਗੋਲੀਆਂ ਚਲਾਈਆਂ ਗਈਆਂ ਉਹਨਾਂ ਦੇ ਵਿੱਚੋਂ ਇੱਕ ਗੋਲੀ ਜਿਹੜੀ ਹੈ ਲਿਵਰ ਦੇ ਵਿੱਚ ਔਰ ਇੱਕ ਗੋਲੀ ਜਿਹੜੀ ਹੈ ਦਿਲ ਦੇ ਵਿੱਚ ਲੱਗੀ ਸੀਗੀ, ਜਿਸ ਕਰਕੇ ਇਹ ਕਿਹਾ ਜਾ ਰਿਹਾ ਕਿ ਸਿੱਧੂ ਮੂਸੇਵਾਲਾ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ। ਸੋ ਦੂਜਾ ਕਾਰਨ ਜਿਹੜਾ ਸਿੱਧੂ ਮੂਸੇਵਾਲਾ ਦੀ ਮੌਤ ਦਾ ਕਾਰਨ ਦੂਜਾ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜਾ ਮੌਕੇ ਤੇ ਗੋਲੀਆਂ ਲੱਗਣ ਕਰਕੇ ਜਿਹੜਾ ਖੂਨ ਜਿਹੜਾ ਸੀਗਾ ਉਹ ਜ਼ਿਆਦਾ ਬਹਿ ਗਿਆ ਸੀਗਾ, ਜਿਸ ਕਰਕੇ ਸਿੱਧੂ ਮੂਸੇਵਾਲਾ ਦੀ ਮੌਕੇ ਤੇ ਹੀ ਮੌਤ ਹੋ ਗਈ ਸੀਗੀ। ਸੋ ਤੁਹਾਨੂੰ ਦੱਸ ਦਈਏ, 2 ਦਿਨ ਪਹਿਲਾਂ ਸਿੱਧੂ ਮੂਸੇਵਾਲਾ ਆਪਣੇ ਪਿੰਡ ਮੂਸੇ ਤੋਂ ਜਵਾਹਰ ਕੇ ਰੋਡ ਵੱਲ ਨੂੰ ਜਾ ਰਹੇ ਸੀਗੇ ਤੇ ਇਸ ਦੌਰਾਨ ਰਸਤੇ ਦੇ ਵਿੱਚ ਉਹਨਾਂ ਨੂੰ ਘੇਰ ਕੇ, ਉਹਨਾਂ ਦੀ ਥਾਰ ਗੱਡੀ ਨੂੰ ਘੇਰ ਕੇ ਹਥਿਆਰਿਆਂ ਨੇ ਗੋਲੀਆਂ ਚਲਾਈਆਂ, ਤਾਬੜਤੋੜ ਗੋਲੀਆਂ ਚਲਾਈਆਂ ਗਈਆਂ, ਜਿਸ ਤੋਂ ਬਾਅਦ ਸਿੱਧੂ ਮੂਸੇਵਾਲੇ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ। ਪਹਿਲੇ ਪਰਿਵਾਰ ਨੇ ਮਨਾ ਕਰ ਦਿੱਤਾ ਸੀਗਾ ਕਿ ਪੋਸਟਮਾਰਟਮ ਨਹੀਂ ਕਰਵਾਉਣਗੇ, ਉਹਨਾਂ ਦੀਆਂ ਕਈ ਮੰਗਾਂ ਸੀਗੀਆਂ ਜਿਹੜੀਆਂ ਸਰਕਾਰ ਨੇ ਮੰਗਾਂ ਮੰਨ ਲਈਆਂ। ਉਸ ਤੋਂ ਬਾਅਦ ਪਰਿਵਾਰ ਰਾਜ਼ੀ ਹੋਇਆ ਪੋਸਟਮਾਰਟਮ ਦੇ ਲਈ ਤੇ ਪੋਸਟਮਾਰਟਮ ਦੇ ਵਿੱਚ ਕਈ ਤਰ੍ਹਾਂ ਦੇ ਖੁਲਾਸੇ ਹੋਏ ਔਰ ਹੁਣ ਪੁਲਿਸ ਇਸ ਮਾਮਲੇ ਦੇ ਵਿੱਚ ਕਈ ਐਂਗਲਸ ਦੇ ਨਾਲ ਜਿਹੜੀ ਹੈ ਇਨਵੈਸਟੀਗੇਸ਼ਨ ਕਰ ਰਹੀ ਹੈ। ਸੋ ਪੁਲਿਸ ਦਾ ਦਾਅਵਾ ਹੈ ਕਿ ਕਈ ਜਿਹੜੇ ਨੇ ਕਲੂ ਮਿਲੇ ਨੇ, ਇਸ ਹੱਤਿਆਕਾਂਡ ਦੇ ਵਿੱਚ ਕਲੂ ਮਿਲੇ ਨੇ। ਸੋ ਉਸ ਤੋਂ ਅੱਗੇ ਜਿਹੜੀ ਇਨਵੈਸਟੀਗੇਸ਼ਨ ਵੀ ਕੀਤੀ ਜਾ ਰਹੀ ਹੈ।